ਇਹਦੇ ਵਿੱਚ ਰਵਿੰਦਰ ਕੌਰ ਜਿਹੜੀ ਬੱਚੀ ਦੀ ਮਦਰ ਸੀਗੀ ਉਹਦੇ ਵੱਲੋਂ ਪਰਚਾ ਦਰਜ ਕਰਾਇਆ ਗਿਆ ਸੀ ਕੱਲ੍ਹ ਸ਼ਾਮ ਨੂੰ। ਤੜਕੇ ਅੱਜ ਸਵੇਰੇ ਲੜਕਾ ਦੀਪਕ ਹੈ ਜਿਹੜਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਉੱਤੇ ਪਹਿਲਾਂ ਵੀ 3 ਮੁਕੱਦਮੇ ਦਰਜ ਨੇ। ਇਸ ਨੇ ਆਪਣਾ ਪੁਲਿਸ ਦੇ ਅੱਗੇ ਜੁਰਮ ਕਬੂਲ ਕਰ ਲਿਆ। ਪਹਿਲਾਂ ਇਸ ਨੂੰ 377 IPC ਦੇ ਵਿੱਚ ਸਜ਼ਾ ਹੋ ਚੁੱਕੀ ਹੈ। 2 ਮੁਕੱਦਮੇ ਹੋਰ ਅਜੇ ਅੰਡਰ ਟ੍ਰਾਇਲ ਹੈ। ਇਹ ਹੈਬਚੁਅਲ ਕਿਸਮ ਦਾ ਬੱਚਾ ਹੈਗਾ, ਲੜਕਾ 25 ਸਾਲ ਦਾ। ਇਹ ਅਜਿਹੀਆਂ ਵਾਰਦਾਤਾਂ ਕਰਨ ਦਾ ਆਦੀ ਹੈ। ਰਾਤ ਪੁਲਿਸ ਦੇ ਸਾਹਮਣੇ, ਪੁਲਿਸ ਦੇ ਕੋਲ 2-3 ਮੋਹਤਬਰ ਬੰਦਿਆਂ ਦੇ ਸਾਹਮਣੇ ਇਸ ਨੇ ਆਪਦਾ ਜੁਰਮ ਕਬੂਲ ਕੀਤਾ। ਸਰ, IPC ਦੀ ਕਿਹੜੀ ਧਾਰਾ ਦੇ ਮਾਮਲੇ? ਇਹ 363, 366, 376 IPC ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ।